ਤਾਂ ਤੁਹਾਡਾ ਸਾਡੇ ਯੂਟਿਊਬ ਚੈਨਲ ਪੈਰੀ ਸਟੱਡੀ ਔਨਲਾਈਨ 'ਤੇ ਕੁਸਚਨ ਨੰਬਰ 6 ਐਕਸਰਸਾਈਜ਼ 2.2 ਕਲਾਸ 8 ਕੁਸਚਨ ਕੀ ਕਹਿ ਰਿਹਾ ਬਾਏ ਵੱਟ ਨੰਬਰ ਸ਼ੁੱਡ 1/2 ਪਾਵਰ -1 ਬੀ ਮਲਟੀਪਲਾਈਡ ਐਸ ਟੂ ਗੈਟ ਪ੍ਰੋਡਕਟ ਐਸ -4/7 ਪਾਵਰ -1 ਕਹਿੰਦਾ ਇਸ ਨੰਬਰ ਨੂੰ ਕਿਹੜੇ ਨੰਬਰ ਨਾਲ ਮਲਟੀਪਲਾਈ ਕਰੀਏ ਆਪਣੇ ਕੋਲ ਰਿਜ਼ਲਟ ਕਿੰਨਾ ਆਵੇ -4/7 ਪਾਵਰ -1 ਕੁਸਚਨ ਕੀ ਹੈ ਲੈਟ ਨੰਬਰ ਬੀ ਐਕਸ ਮੈਂ ਨੰਬਰ ਨੂੰ ਕੀ ਮੰਨ ਲਿਆ ਐਕਸ ਹੁਣ ਕੀ ਕਹਿ ਰਿਹਾ ਕੁਸਚਨ ਕਹਿੰਦਾ ਐਕਸ ਨੂੰ ਅਤੇ ਮਾਈਨ 1/2 ਪਾਵਰ -1 ਨੂੰ ਜੇ ਆਪਾਂ ਮਲਟੀਪਲਾਈ ਕਰੀਏ ਤਾਂ ਆਪਣੇ ਕੋਲ ਰਿਜ਼ਲਟ ਕਿੰਨਾ ਆ ਰਿਹਾ -4/7 ਪਾਵਰ -1 ਕਹਿੰਦਾ ਇਸ ਨੰਬਰ ਨੂੰ ਕਿਹੜੇ ਨੰਬਰ ਨਾਲ ਮਲਟੀਪਲਾਈ ਕਰੀਏ ਆਂਸਰ ਇੰਨਾ ਆ ਜੇ ਇਸ ਨੰਬਰ ਨੂੰ ਮਲਟੀਪਲਾਈ ਕਰ ਰਿਹਾ ਮੈਂ ਐਕਸ ਨਾਲ ਤਾਂ ਆਂਸਰ ਕਿੰਨਾ ਆ ਰਿਹਾ -4/7 ਦੀ ਪਾਵਰ -1 ਸਭ ਤੋਂ ਪਹਿਲਾਂ ਆਪਾਂ ਮਾਈਨਸ ਪਾਵਰਾਂ ਖਤਮ ਕਰਦੇ ਹਾਂ ਤਾਂ ਕਿਵੇਂ ਖਤਮ ਹੁੰਦੀਆਂ ਪਾਵਰਾਂ ਇਹਦਾ ਰੈਸੀਪ੍ਰੋਕਲ ਕਰਕੇ ਦੈਟ ਇਜ਼ 2/1 ਪਾਵਰ ਕਿੰਨੀ ਆਈ ਆਪਣੇ ਕੋਲ ਪੋਜ਼ਿਟਿਵ ਹੇਅਰ 7/-4 ਪਾਵਰ ਕਿੰਨੀ ਆਈ ਆਪਣੇ ਕੋਲ ਪੋਜ਼ਿਟਿਵ ਨਾਓ ਐਕਸ ਮਲਟੀਪਲਾਈ ਬਾਏ 2 ਇਜ਼ ਇਕੁਅਲ ਟੂ 7/-4 ਕਿਉਂਕਿ ਪਾਵਰ 1 ਹੈ ਲਿਖੋ ਨਾ ਲਿਖੋ ਕੋਈ ਫਰਕ ਨਹੀਂ ਪੈਂਦਾ ਨਾਓ 2 × x ਇਜ਼ ਇਕੁਅਲ ਟੂ 7/-4 ਨਾਓ ਕ੍ਰੋਸ ਮਲਟੀਪਲਾਈ ਦੈਟ ਇਜ਼ ਇਕੁਅਲ ਟੂ -8x ਇਕੁਅਲ ਟੂ 7 ਸੋ ਐਕਸ ਇਜ਼ ਇਕੁਅਲ ਟੂ 7/-8 ਔਰ ਐਕਸ ਇਜ਼ ਇਕੁਅਲ ਟੂ -7/8 ਸੋ ਅਵਰ ਨੰਬਰ ਇਜ਼ -7/8 ਦੈਟ ਮੀਨਸ ਜੇ -7/8 ਨੂੰ ਦੇਖੋ -7/8 ਨੂੰ 1/2 ਦੀ ਪਾਵਰ -1 ਨਾਲ ਮਲਟੀਪਲਾਈ ਕਰੀਏ ਇਹ ਮੈਂ ਸ਼ੋ ਕਰ ਰਿਹਾ ਵੈਰੀਫਿਕੇਸ਼ਨ ਦੈਟ ਇਜ਼ ਵੈਰੀਫਿਕੇਸ਼ਨ -7/2 ਇਹਨੂੰ ਕੀ ਬਣਾ ਲਿਆ ਆਪਾਂ 2/1 ਕਿਉਂਕਿ ਪਾਵਰ ਨੈਗੇਟਿਵ ਨੂੰ ਮੈਂ ਰੈਸੀਪ੍ਰੋਕਲ ਕਰਕੇ ਪੋਜ਼ਿਟਿਵ ਬਣਾ ਲਿਆ ਹੁਣ ਦੇਖੋ ਜੇ ਆਪਾਂ ਇਹਨੂੰ ਕਰੀਏ ਸੋਲਵ 7/8 ਜੇ ਆਪਾਂ ਇਹਨੂੰ ਕੈਂਸਲ ਕਰੀਏ ਤਾਂ ਕਿੰਨਾ ਆ ਗਿਆ 4 ਦੈਟ ਇਜ਼ 7/4 ਪਾਵਰ 1 ਜੇ ਆਪਾਂ ਇਹਨੂੰ ਰਿਵਰਸ ਕਰਾਂਗੇ ਕਿੰਨਾ ਬਣੇਗਾ 7/4 ਦੀ ਪਾਵਰ -1 ਸੋ ਦੈਟ ਇਜ਼ ਦਾ ਪਰੂਫ ਕੁਸਚਨ ਕਿਵੇਂ ਕੀਤਾ ਆਪਾਂ ਨੰਬਰ ਨੂੰ ਐਕਸ ਮੰਨਿਆ ਉਸ ਤੋਂ ਬਾਅਦ ਐਕਸ ਨੂੰ ਮਲਟੀਪਲਾਈ ਕੀਤਾ ਆਪਾਂ 1/2 ਦੀ ਪਾਵਰ -1 ਨਾਲ ਰਿਜ਼ਲਟ ਆਪਣੇ ਕੋਲ ਇਹ ਆ ਗਿਆ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਜੋ ਪਾਵਰਾਂ ਮਾਈਨਸ ਵਿੱਚ ਹੈ ਇਹਨੂੰ ਆਪਾਂ ਕੀ ਕੀਤਾ ਪੋਜ਼ਿਟਿਵ ਕੀਤਾ ਰੈਸੀਪ੍ਰੋਕਲ ਕਰਕੇ ਨਾਓ 2/1 ਨੂੰ ਮੈਂ ਓਨਲੀ 2 ਲਿਖ ਸਕਦਾ ਸੋ 2 × x ਦੈਟ ਇਜ਼ 2x ਬਾਏ ਕੀ ਲਿਖ ਲਿਆ ਮੈਂ 1 ਉਸ ਤੋਂ ਬਾਅਦ ਕ੍ਰੋਸ ਮਲਟੀਪਲਾਈ -4 × 2 ਦੈਟ ਇਜ਼ -8x 1 × 7 ਇਜ਼ ਇਕੁਅਲ ਟੂ 7 ਤਾਂ ਐਕਸ ਦੀ ਵੈਲਿਊ ਕਿੰਨੀ ਆਈ 7/-8 ਐਕਸ ਦੀ ਵੈਲਿਊ ਆ ਗਈ -7/8 ਦੈਟ ਇਜ਼ ਅਵਰ ਨੰਬਰ ਮਤਲਬ ਇਸ ਨੰਬਰ ਨਾਲ ਜੇ ਆਪਾਂ -1/2 ਦੀ ਪਾਵਰ -1 ਨੂੰ ਮਲਟੀਪਲਾਈ ਕਰੀਏ ਤਾਂ ਆਪਣੇ ਕੋਲ ਇਹ ਵਾਲਾ ਆਂਸਰ ਆ ਜਾਏ ਦੈਟ ਇਜ਼ ਦਾ ਆਂਸਰ